ਜਿਹੜੀ ਅੱਜ ਕੱਲ੍ਹ ਇਹ ਕਰੋਨਾ ਦੀ ਮਹਾਂਮਾਰੀ ਚੱਲੀ ਹੋਈ ਹੈ ਪੂਰੇ ਆਪਣੇ ਹਿੰਦੁਸਤਾਨ ਦੇ ਵਿੱਚ, ਪੰਜਾਬ ਕੋਈ ਬਾਹਰ ਨਹੀਂ ਰਹਿ ਸਕਦਾ ਇਹਦੇ ਤੋਂ, ਔਰ ਇਸ ਦੀ ਪੂਰਾ ਜਿਹੜਾ ਅਸੀਂ ਜੰਗ ਲੜ ਰਹੇ ਹਾਂ ਪੂਰੇ ਤਰੀਕੇ ਨਾਲ ਲੜ ਰਹੇ ਹਾਂ, ਲੇਕਿਨ ਕਿਤੇ ਕਿਤੇ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਆਹ ਟੀਕੇ ਵਗੈਰਾ ਜੋ ਕੁਛ ਅਸੀਂ ਕਰ ਰਹੇ ਹਾਂ ਇਹਦੀ ਕੋਈ ਲੋੜ ਨਹੀਂ। ਦੇਖੋ, ਮੈਂ ਆਪਣੇ ਪੰਜਾਬੀ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਆਹ ਜਿਹੜੀ ਟੀਕੇ ਨੇ ਇਹ ਇੱਕ ਬਹੁਤ ਵੱਡੇ ਪੈਮਾਨੇ ਦੀ ਲੜਾਈ ਹੈ, ਸਾਡੇ ਦੁਨੀਆ ਦੇ ਵਿੱਚ ਚੱਲ ਰਹੀ ਹੈ, ਸਿਰਫ ਸਾਡੇ ਆਪਣੇ ਉਰੇ ਨਹੀਂ, ਔਰ ਇਹਦੀ ਬਹੁਤ ਲੋੜ ਹੈ। ਕਿਉਂਕਿ ਇਹ ਜਿਹੜੇ ਤੁਸੀਂ ਲਾਓਗੇ ਟੀਕੇ, ਜੋ ਤੁਹਾਨੂੰ ਡਾਕਟਰ ਦੱਸਦੇ ਨੇ, ਜੋ ਮਾਸਕ ਪਹਿਨਣਾ ਹੈ, ਜੋ ਹੱਥ ਧੋਣੇ ਹੈ, ਜੋ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਇਹ ਸਾਰਾ ਇੱਕ ਪੂਰਾ ਪ੍ਰੋਗਰਾਮ ਬਣਾਇਆ ਹੋਇਆ ਇਹਦੇ ਵਿੱਚ। ਔਰ ਅੱਜ ਕੁਛ ਮੈਨੂੰ ਸਮਾਂ ਸ਼ਰਮ ਆਉਂਦੀ ਹੈ, ਕਹਿੰਦੇ ਕਿ ਪੰਜਾਬੀ ਜੋ ਬਹਾਦਰ ਹੁੰਦੇ ਨੇ ਉਹ ਬਹਾਦਰੀ ਨਹੀਂ ਦਿਖਾ ਰਹੇ ਇਸ ਟੀਕਿਆਂ ਦੇ ਵਿੱਚ। ਤੁਹਾਨੂੰ ਬਹਾਦਰੀ ਦਿਖਾਉਣੀ ਪਊ, ਆਪਾਂ ਨੂੰ ਸਾਰਿਆਂ ਨੂੰ ਟੀਕਾ ਲਾਉਣਾ ਪਊ, ਤਾਂ ਕਿ ਆਪਣੇ ਪਰਿਵਾਰਾਂ ਦਾ ਆਪਾਂ ਕੁਛ ਭਵਿੱਖ ਬਣਾ ਸਕਦੇ, ਔਰ ਉਹਨਾਂ ਦੀ ਆਪਣੀ ਜਿਹੜੀ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਰੋਕ ਸਕੀਏ। ਅੱਜ ਇੱਕ ਬੰਦੇ ਨੂੰ ਜੀਚ ਹੋ ਜਾਂਦਾ, ਫਿਰ ਉਹਦੀ ਭੈਣ ਨੂੰ ਹੋ ਜਾਂਦਾ, ਉਹਦੇ ਬੇਟੀਆਂ ਨੂੰ ਹੋ ਜਾਂਦਾ, ਉਹਨਾਂ ਦੇ ਬੇਟਿਆਂ ਨੂੰ ਹੋ ਜਾਂਦਾ, ਕਿਆ ਫਾਇਦਾ ਇਹਦਾ। ਔਰ ਇਸ ਕਰਕੇ ਟੀਕੇ ਜ਼ਰੂਰ ਲਗਾਉਣੇ ਨੇ, ਪੰਜਾਬ ਇਹਦੇ ਵਿੱਚ ਪਿੱਛੇ ਰਹਿ ਰਿਹਾ। ਔਰ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਸੋਨੂ ਸੂਦ ਜੀ ਜੋ ਮੇਰੇ ਕੋਲ ਖੜ੍ਹੇ ਨੇ, ਇਹ ਸਾਡੇ ਇਹ ਵੈਕਸੀਨੇਸ਼ਨ ਦੇ, ਕੋਵਿਡ ਵੈਕਸੀਨੇਸ਼ਨ ਦੇ ਬ੍ਰਾਂਡ ਅੰਬੈਸਡਰ ਅੱਜ ਤੋਂ ਬਣ ਰਹੇ ਨੇ, ਔਰ ਇਹ ਹੁਣ ਆਪਣੇ ਤੌਰ 'ਤੇ ਇਹ ਤੁਹਾਨੂੰ ਦੱਸਣਗੇ ਕਿ ਕੀ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਸਟ ਆਫ ਆਲ ਕੈਪਟਨ ਸਰ ਨੂੰ ਹਮੇਸ਼ਾ ਉਹਨਾਂ ਦੀ ਗਾਈਡੈਂਸ ਦੇ ਥਰੂ ਜ਼ਿੰਦਗੀ ਦੇ ਵਿੱਚ ਵਧਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਮੌਕਾ ਮਿਲਿਆ ਕਿ ਮੈਂ ਅੱਜ ਇਸ ਵੈਕਸੀਨ ਡਰਾਈਵ ਜਿਹੜੀ ਟੀਕੇ ਲਗਵਾਉਣੇ ਆਪਾਂ ਨੂੰ, ਉਹਨਾਂ ਦੀ ਇੱਕ ਅਵੇਅਰਨੈਸ ਵਧਾ ਸਕੀ। ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਬੰਬੇ 'ਚ ਰਹਿੰਦਾ, ਪੰਜਾਬ 'ਚ ਮੇਰਾ ਘਰ ਹੈ ਮੋਗੇ ਦੇ ਵਿੱਚ, ਅਤੇ ਅਸੀਂ ਹਮੇਸ਼ਾ ਦੇਖਿਆ ਕਿ ਬੜੇ ਸਟੇਟਸ ਨੇ ਬੜੀਆਂ ਤਕਲੀਫਾਂ ਕਰੋਨਾ ਦੇ ਦੌਰਾਨ ਦੇਖੀਆਂ, ਲੇਕਿਨ ਪੰਜਾਬ ਹਮੇਸ਼ਾ ਬਾਹਰ ਨਿਕਲਿਆ, ਕਿਉਂਕਿ ਆਪਣੇ ਪੰਜਾਬੀ ਭਰਾਵਾਂ ਨੇ ਹਰ ਚੀਜ਼ ਦਾ ਧਿਆਨ ਰੱਖਿਆ, ਚਾਹੇ ਮਾਸਕ ਪਾਈਏ ਜਾਂ ਵੈਕਸੀਨੇਸ਼ਨ ਜਾਂ ਜਿਵੇਂ ਆਪਾਂ ਸੋਸ਼ਲ ਨੋਰਮਸ ਆਪਾਂ ਰੱਖੇ ਉਹਦਾ ਧਿਆਨ ਰੱਖਿਆ ਗਿਆ। ਹੁਣ ਜਦੋਂ ਵੈਕਸੀਨੇਸ਼ਨ ਦੀ ਗੱਲ ਆਉਂਦੀ ਤਾਂ ਆਪਾਂ ਬਹੁਤ ਸਾਰੇ ਲੋਕਾਂ ਨੇ ਟੀਕੇ ਲਵਾਉਣ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ, ਲੋਕ ਸੋਚਦੇ ਕਿ ਇਹਦੀ ਜ਼ਰੂਰਤ ਨਹੀਂ, ਪਰ ਬਹੁਤ ਜ਼ਰੂਰਤ ਹੈ, ਨਾ ਸਿਰਫ ਤੁਹਾਡਿਆਂ ਲਈ ਬਟ ਤੁਹਾਡੇ ਪਰਿਵਾਰ ਵਾਲਿਆਂ ਲਈ, ਇਸ ਸਟੇਟ ਲਈ, ਹਰ ਪੰਜਾਬੀ ਭੈਣ ਭਰਾ ਲਈ ਅਤੇ ਪੂਰੇ ਦੇਸ਼ ਲਈ ਬਹੁਤ ਜ਼ਰੂਰੀ ਹੈ। ਅਤੇ ਨਾ ਸਿਰਫ ਤੁਸੀਂ ਇਹ ਵੈਕਸੀਨੇਸ਼ਨ ਜਿਹੜਾ ਟੀਕਾ ਲਵਾਓ, ਮੈਂ ਪਰਸੋਂ ਹੀ ਲਵਾਇਆ, ਪਤਾ ਨਹੀਂ ਚੱਲਦਾ ਕਿ ਕਿੱਦਾਂ ਹੁੰਦਾ। ਜਿਸ ਤਰ੍ਹਾਂ ਆਪਾਂ ਨੂੰ ਨੋਰਮਲ ਬਿਮਾਰੀਆਂ ਹੁੰਦੀਆਂ ਆਪਾਂ ਜਾ ਕੇ ਡਾਕਟਰ ਤੋਂ ਫਟਾਫਟ ਲਗਵਾਉਂਦੇ ਹਾਂ, ਤਾਂ ਆਪਾਂ ਨੂੰ ਉਹ ਹੋਣ ਤੋਂ ਪਹਿਲਾਂ ਇਹ ਟੀਕਾ ਲਗਵਾਉਣਾ ਹੈ, ਅਤੇ ਆਪਾਂ ਖੁਦ ਨੂੰ ਨਹੀਂ, ਘਰ ਦੇ ਹਰ ਇੱਕ ਪਰਿਵਾਰ ਦੇ ਹਿੱਸੇਦਾਰ ਨੂੰ ਆਪਾਂ ਟੀਕਾ ਲਵਾ ਕੇ ਇਸ ਕਰੋਨਾ ਦੀ ਜਿਹੜੀ ਪ੍ਰੋਬਲਮ ਹੈ ਉਸ ਤੋਂ ਦੂਰ ਰੱਖਣਾ। ਇਹ ਕੱਲ੍ਹ ਨਹੀਂ, ਆਪਾਂ ਅੱਜ ਲਗਵਾਉਣਾ ਬੜੀ ਜ਼ਰੂਰੀ। ਅਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਆਪਣਾ ਟੀਕਾ ਲਗਵਾਉਣ ਲਈ ਅੱਗੇ ਵਧਣਾ। ਆ ਇੱਕ ਦੂਜੇ ਨੇ ਹੀ ਪੁੱਛਣਾ ਕਿ ਤੁਸੀਂ ਟੀਕਾ ਲਗਵਾਇਆ ਕਿ ਨਹੀਂ ਲਗਵਾਇਆ। ਆਪਾਂ ਇੱਕ ਐਸੀ ਮਿਸਾਲ ਬਣੀ, ਆਪਣੀ ਸਟੇਟ ਇੱਕ ਐਸੀ ਮਿਸਾਲ ਬਣੀ ਹੈ ਕਿ ਲੋਕ ਕਹਿਣ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੀ ਡਰਾਈਵ ਹੋਈ ਟੀਕਿਆਂ ਦੀ, ਅਸੀਂ ਵੀ ਉਹਨੂੰ ਫੋਲੋ ਕਰੀਏ। ਅਤੇ ਪਲੀਜ਼ ਕਰੋ, ਅਸੀਂ ਮਿਲ ਜੁਲ ਕੇ ਇਸ ਸਟੇਟ ਨੂੰ ਬਚਾਉਣਾ।